ਰਿਸਰਚ ਵਿੱਚ ਹੁਣੇ ਹੋਇਆ ਖੁਲਾਸਾ, ਇਹਨਾਂ ਪੰਜ ਚੀਜ਼ਾਂ ਨੂੰ ਖਾਣ ਨਾਲ ਲੋਕਾਂ ਨੂੰ ਹੁੰਦਾ ਹੈ ਕੈਂਸਰ। ਇਸ ਵਕਤ ਦੀ ਦੁਨੀਆ ਦੀ ਸਭ ਤੋਂ ਖਤਰਨਾਕ ਅਤੇ ਮਹਿੰਗੀ ਬਿਮਾਰੀ ਕੈਂਸਰ ਨੂੰ ਮੰਨਿਆ ਜਾ ਰਿਹਾ ਹੈ ਅਤੇ ਇਸ ਵਿੱਚ ਕਈ ਵੱਡੇ ਵੱਡੇ ਲੋਕ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ। ਬਾਲੀਵੁੱਡ ਤੋਂ ਲੈ ਕੇ ਆਮ ਲੋਕ ਕੈਂਸਰ ਤੋਂ ਪੀੜਤ ਹਨ। ਗੱਲ ਕਰੀਏ ਜੇਕਰ ਬਾਲੀਵੁੱਡ ਦੇ ਕੁਝ ਸਿਤਾਰੇ ਜਿਵੇਂ ਕਿ ਵਿਨੋਦ ਖੰਨਾ, ਰਾਜੇਸ਼ ਖੰਨਾ, ਸੋਨਾਲੀ ਬੇਂਦਰੇ, ਇਰਫਾਨ ਖਾਨ ਵਰਗੇ ਵੱਡੇ ਵੱਡੇ ਸਿਤਾਰੇ ਇਸ ਸਮੇਂ ਕੈਂਸਰ ਤੋਂ ਪੀੜਤ ਹਨ। ਪਰ ਕੁਝ ਦਿਨ ਪਹਿਲਾਂ ਸਟੈਨਫੋਰਡ ਯੂਨੀਵਰਸਿਟੀ ਵਿੱਚ ਹੋਏ ਇੱਕ ਖੁਲਾਸੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਹਨਾਂ ਪੰਜ ਚੀਜ਼ਾਂ ਨੂੰ ਖਾਣ ਨਾਲ ਲੋਕਾਂ ਵਿੱਚ ਕੈਂਸਰ ਹੋ ਰਿਹਾ ਹੈ। ਤਾਂ ਪੂਰੀ ਜਾਣਕਾਰੀ ਨਾਲ ਧਿਆਨ ਨਾਲ ਜ਼ਰੂਰ ਪੜ੍ਹੋ, ਸੁਣੋ ਅਤੇ ਸਮਝੋ। ਪਹਿਲਾ ਨੰਬਰ 1 ਸਿਗਰਟ। ਕਈ ਰਿਸਰਚ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਜੇਕਰ ਲੰਬੇ ਸਮੇਂ ਤੱਕ ਸਿਗਰਟ ਦੀ ਵਰਤੋਂ ਕੀਤੀ ਜਾਵੇ ਤਾਂ ਫੇਫੜਾਂ ਦਾ ਕੈਂਸਰ ਆਸਾਨੀ ਨਾਲ ਹੋ ਸਕਦਾ ਹੈ ਅਤੇ ਉਹ ਵਿਅਕਤੀ ਸਮੇਂ ਤੋਂ ਪਹਿਲਾਂ ਹੀ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੈ। ਅਤੇ ਜੇਕਰ ਤੁਸੀਂ ਲੰਗ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਸਿਗਰਟ ਦੀ ਵਰਤੋਂ ਅੱਜ ਤੋਂ ਹੀ ਛੱਡ ਦਿਓ। ਸੋਡਾ। ਅੱਜ ਕੱਲ੍ਹ ਨੰਬਰ 2। ਅੱਜ ਕੱਲ੍ਹ ਦੁਕਾਨ ਦੇ ਕਈ ਪਕਵਾਨਾਂ ਵਿੱਚ ਸੋਡੇ ਦੀ ਵਰਤੋਂ ਆਮ ਕੀਤੀ ਜਾਂਦੀ ਹੈ ਅਤੇ ਸੋਡਾ ਡਰਿੰਕ ਅਤੇ ਕੋਲਡ ਡਰਿੰਕ ਵਰਗੀਆਂ ਚੀਜ਼ਾਂ ਦੀ ਕਾਫ਼ੀ ਚੱਲਣ ਹੈ। ਇੱਕ ਤਾਜ਼ਾ ਸੋਧ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਕੋਲਡ ਡਰਿੰਕ ਦਾ ਸੇਵਨ ਕਰਨ ਨਾਲ ਲੋਕਾਂ ਵਿੱਚ ਕੈਂਸਰ ਦਾ ਵਾਧਾ ਹੋ ਰਿਹਾ ਹੈ। ਆਯੁਰਵੇਦ ਵਿੱਚ ਇਸ ਨੂੰ ਜ਼ਹਿਰ ਦੇ ਸਮਾਨ ਕਿਹਾ ਜਾਂਦਾ ਹੈ। ਨੰਬਰ 3। ਮਾਈਕ੍ਰੋਵੇਵ ਵਿੱਚ ਬਣਾਇਆ ਪੌਪਕੋਰਨ। ਪੌਪਕੋਰਨ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਪਰ ਇੱਕ ਤਾਜ਼ਾ ਸੋਧ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਾਈਕ੍ਰੋਵੇਵ ਦੇ ਅੰਦਰ ਬਣਿਆ ਪੌਪਕੋਰਨ ਸਾਡੀ ਸਿਹਤ ਲਈ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ ਅਤੇ ਇਹ ਸਾਡੇ ਸਰੀਰ ਵਿੱਚ ਕੈਂਸਰ ਸੈੱਲ ਨੂੰ ਵਧਾਉਂਦਾ ਹੈ। ਇਸ ਲਈ ਤੁਸੀਂ ਵੀ ਜੇਕਰ ਮਾਈਕ੍ਰੋਵੇਵ ਵਿੱਚ ਬਣਿਆ ਭੋਜਨ ਅਤੇ ਪੌਪਕੋਰਨ ਦੀ ਵਰਤੋਂ ਕਰਦੇ ਹੋ ਤਾਂ ਅੱਜ ਹੀ ਛੱਡ ਦਿਓ। ਨੰਬਰ 3। ਬ੍ਰੈੱਡ। ਪਿਛਲੇ ਸਾਲ ਭਾਰਤ ਦੇ ਇੱਕ ਸੋਧ ਵਿੱਚ ਇਹ ਪਾਇਆ ਗਿਆ ਕਿ ਭਾਰਤ ਵਿੱਚ ਬਣ ਰਹੇ ਬ੍ਰੈੱਡ ਇੱਕ ਪ੍ਰਕਾਰ ਦਾ ਕੈਮੀਕਲ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕੈਂਸਰ ਦਾ ਕਾਰਨ ਬਣਦਾ ਹੈ ਅਤੇ ਜੇਕਰ ਉਸ ਬ੍ਰੈੱਡ ਨੂੰ ਲੰਬੇ ਸਮੇਂ ਤੱਕ ਖਾਧਾ ਜਾਵੇ ਤਾਂ ਵਿਅਕਤੀ ਨੂੰ ਕੈਂਸਰ ਹੋ ਸਕਦਾ ਹੈ। ਇਸ ਲਈ ਤੁਸੀਂ ਵੀ ਬ੍ਰੈੱਡ ਦੀ ਜਗ੍ਹਾ ਰੋਟੀ ਦਾ ਸੇਵਨ ਜ਼ਰੂਰ ਕਰੋ। ਨੰਬਰ 5। ਰੈੱਡ ਮੀਟ। 2018 ਦਸੰਬਰ ਵਿੱਚ ਸਟਫੋਰਡ ਯੂਨੀਵਰਸਿਟੀ ਵਿੱਚ ਇਹ ਸੋਧ ਕੀਤਾ ਗਿਆ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਲੀਵੁੱਡ ਦੇ ਜ਼ਿਆਦਾਤਰ ਸਿਤਾਰੇ ਕੈਂਸਰ ਦਾ ਸ਼ਿਕਾਰ ਇਸ ਲਈ ਹੋ ਰਹੇ ਨੇ ਕਿਉਂਕਿ ਬਾਲੀਵੁੱਡ ਵਿੱਚ ਜ਼ਿਆਦਾਤਰ ਸਿਤਾਰੇ ਰੈੱਡ ਮੀਟ ਦਾ ਸੇਵਨ ਕਰਦੇ ਹਨ। ਰੈੱਡ ਮੀਟ ਖਾਣ ਨਾਲ ਚਿਹਰੇ ਵਿੱਚ ਜ਼ਿਆਦਾ ਚਮਕ ਆਉਂਦੀ ਹੈ ਜਿਸ ਕਾਰਨ ਨਾਲ ਬਾਲੀਵੁੱਡ ਦੇ ਕਈ ਵੱਡੇ ਵੱਡੇ ਸੁਪਰ ਸਟਾਰ ਇਸ ਦਾ ਸੇਵਨ ਕਰਦੇ ਹਨ ਅਤੇ ਇਸ ਦੇ ਕਾਰਨ ਨਾਲ ਹੀ ਉਹ ਕੈਂਸਰ ਦੀ ਮਾਤਰਾ ਵੀ ਵਧਾ ਰਹੇ ਨੇ। ਤਾਜ਼ੇ ਅਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣ ਸਾਡਾ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਥੈਂਕ ਯੂ।